ਜਿੱਥੇ ਅੱਜ ਸਾਰੇ ਭਾਰਤ ਵਿੱਚ ਕਾਨੂੰਨ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਫਰੀਦਕੋਟ ਦੇ ਬਾਬਾ ਫਰੀਦ ਲਾਅ ਕਾਲਜ ਵਿੱਚ ਵੀ ਕੌਮੀ ਕਾਨੂੰਨ ਦਿਵਸ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲ੍ਹਾ ਸੈਸ਼ਨ ਜੱਜ ਸਤਵਿੰਦਰ ਸਿੰਘ ਚਾਹਲ ਨੇ ਖਾਸ ਸ਼ਿਰਕਤ ਕੀਤੀ। ਇਸ ਮੌਕੇ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਉਹਨਾਂ ਦਾ ਸਵਾਗਤ ਕੀਤਾ। ਸੰਦੇਸ਼ ਤਾਂ ਇੱਕੋ ਹੀ ਹੈ ਕਿ ਸਾਡੇ ਦੇਸ਼ ਦੀ ਜਿਹੜੀ ਕੌਨਸਟੀਟਿਊਸ਼ਨ ਹੈ ਇਹ ਬਹੁਤ ਅੱਛੀ ਬਣੀ ਹੈ ਅਤੇ ਇਹਨੂੰ ਵਿਗਾੜ ਨਾ ਦੇਈਏ। ਦੁਨੀਆ ਨੂੰ ਜਿਹੜੇ ਸਾਡੇ ਪੋਲੀਟੀਸ਼ੀਅਨਸ ਹੈ ਨਾ, ਹੌਲੀ ਹੌਲੀ ਇਹਦੇ 'ਚ ਖੋਰਾ ਲਾ ਕੇ ਆਪਦੀ ਸ਼ਕਤੀ ਨੂੰ ਵਧਾਉਣਾ ਚਾਹੁੰਦੇ ਹੈ, ਔਰ ਉਸ ਕੌਨਸਟੀਟਿਊਸ਼ਨ ਨੂੰ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਜਿਹੜੇ ਲਾਅ ਕਾਲਜ ਦੇ ਉਹ ਸਮਝ ਲੈਣ ਕਿ ਜਿਵੇਂ ਹੁਣ ਇਹਨਾਂ ਦੀ ਕੋਸ਼ਿਸ਼ ਇਹ ਸੀ ਕਿ ਜਿਹੜੇ ਕੁਲੀਜੀਅਮ ਸਿਸਟਮ ਹੈ ਉਹ ਅਪਾਰਟਮੈਂਟ ਫੋਰ ਦੀ ਜੱਜਸ ਖਤਮ ਕਰ ਦਿੱਤਾ ਜਾਏ ਅਤੇ ਪੋਲੀਟੀਕਲ ਹੋਂਦ ਲਿਆਂਦੀ ਜਾਏ। ਫਰੀਦਕੋਟ ਤੋਂ ਨਰੇਸ਼ ਸੇਠੀ, ਖਬਰ ਹਰਪਲ, ਇੰਡੀਆ ਲਈ।